ਪਾਰਟੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਪਾਰਟੀ ਲਈ ਪ੍ਰਚਾਰ ਤਾਂ ਕਰ ਹੀ ਰਹੀ ਹੈ, ਪਰ ਨਾਲ ਹੀ ਆਪਣੀਆਂ ਵਿਰੋਧੀ ਪਾਰਟੀਆਂ ਤੇ ਵਾਰ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀ। ਤੇ ਉੱਥੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੰਮ੍ਰਿਤਸਰ 'ਚ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ 'ਚ ਰੋਡ ਸ਼ੋਅ ਕੀਤਾ ਅਤੇ ਇਸ ਚੋਣ ਪ੍ਰਚਾਰ ਨੂੰ ਲੈ ਕੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕ ਆਪ ਪਾਰਟੀ ਨੂੰ ਵੋਟ ਦੇਣ ਲਈ ਅੱਗੇ ਆਏ ਨੇ। ਇਸ ਦੇ ਨਾਲ ਹੀ ਮਨੀਸ਼ ਨੇ ਆਪ ਦੇ ਵਿਰੋਧੀ ਧਿਰਾਂ ਤੇ ਵਾਰ ਕਰਨੋਂ ਵੀ ਪਿੱਛੇ ਨਹੀਂ ਰਹੇ ਅਤੇ ਕਿਹਾ ਕਿ ਕਾਂਗਰਸ ਪਾਰਟੀ ਤੋਂ ਲੋਕਾਂ ਨੇ ਸੰਤੁਸ਼ਟੀ ਨਹੀਂ ਪ੍ਰਗਟਾਈ ਅਤੇ ਹੁਣ ਉਹ ਆਪ ਨੂੰ ਲਿਆਉਣਾ ਚਾਹੁੰਦੇ ਨੇ। ਧੰਨਵਾਦ ਸਾਥੀਓ, ਮੈਂ ਯਹਾਂ ਪਰ ਅੱਜ ਧਾਰੀਵਾਲ ਸਾਹਿਬ ਕੇ ਚੁਣਾਵ ਪ੍ਰਚਾਰ ਕੇ ਲਈ ਆਇਆ ਹੂੰ, ਆਮ ਆਦਮੀ ਪਾਰਟੀ ਕੇ ਲਈ। ਔਰ ਮੈਂ ਦੇਖ ਰਹਾ ਹੂੰ ਕਿ ਅੰਮ੍ਰਿਤਸਰ ਮੈਂ ਸੁਬਹ ਸੇ ਬਹੁਤ ਅੱਛਾ ਮਾਹੌਲ ਹੈ। ਮੈਂ ਸੁਬਹ ਪਾਰਕ ਮੇਂ ਵੀ ਗਿਆ, ਮੈਂ ਸੁਬਹ ਗਲੀਓ ਮੇਂ ਮਿਲਾ ਲੋਗੋਂ ਸੇ, ਔਰ ਵੀ ਜਹਾਂ ਜਹਾਂ ਮੈਂ ਜਾ ਰਹਾ ਹੂੰ, ਲੋਕ ਬਹੁਤ ਕਾਨਫੀਡੈਂਸ ਕੇ ਸਾਥ ਆਮ ਆਦਮੀ ਪਾਰਟੀ ਕੋ ਵੋਟ ਦੇਣਾ ਚਾਹ ਰਹੇ ਹੈ। ਚਾਰ ਸਾਲ ਪਹਿਲੇ, ਪਾਂਚ ਸਾਲ ਪਹਿਲੇ ਜਬ ਹਮ ਪਹਿਲਾ ਲੋਕ ਸਭਾ ਚੁਣਾਵ ਲੜਨੇ ਕੇ ਲੀਏ ਪੰਜਾਬ ਮੈਂ ਆਏ ਥੇ, ਤੋ ਹਮੇ ਪੰਜਾਬ ਮੈਂ ਕੁੱਲ ਮਿਲਾ ਕੇ ਚਾਰ ਲੋਕ ਜਾਣਤੇ ਥੇ, ਹਮਾਰੀ ਕੋਈ ਔਕਾਤ ਨਹੀਂ ਥੀ, ਹਮੇ ਕੋਈ ਜਾਣਤਾ ਵੀ ਨਹੀਂ ਥਾ, ਕਾਰਕਰਤਾਓ ਕੀ ਵੀ ਬਹੁਤ ਕਮੀ ਥੀ। ਲੇਕਿਨ ਉਸ ਵਕਤ ਵੀ ਪੰਜਾਬ ਨੇ ਇੱਕ ਬਹੁਤ ਬੜੀ ਉਮੀਦ ਕੇ ਸਾਥ ਆਮ ਆਦਮੀ ਪਾਰਟੀ ਪੇ ਭਰੋਸਾ ਕੀਆ। ਆਜ ਪੰਜਾਬ ਮੈਂ ਹਜ਼ਾਰੋਂ ਹਜ਼ਾਰ ਕਾਰਕਰਤਾਏ ਹੈ, ਪਾਰਟੀ ਹੈ, ਪਾਰਟੀ ਕਾ ਸੰਗਠਨ ਹੈ, ਥੋੜੇ ਬਹੁਤ ਬੀਚ ਮੇਂ ਉਤਾਰ ਚੜਾਅ ਹੋਏ, ਲੇਕਿਨ ਪਾਰਟੀ ਬਹੁਤ ਮਜ਼ਬੂਤੀ ਸੇ ਆਗੇ ਬੜ੍ਹ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦਿਆਂ ਕਿਹਾ ਕਿ ਜੋ ਦੇਸ਼ ਨੂੰ ਮੋਦੀ ਨੇ ਨੁਕਸਾਨ ਪਹੁੰਚਾਇਆ ਉਸ ਤੋਂ ਵੀ ਲੋਕ ਬਹੁਤ ਦੁਖੀ ਨੇ। ਮੈਂ ਅਗਰ ਕਹੂੰ, ਮੈਂ ਪਿਛਲੇ ਤਿੰਨ ਚਾਰ ਦਿਨ ਸੇ ਪੰਜਾਬ ਮੇਂ ਹੂੰ, ਆਮ ਆਦਮੀ ਪਾਰਟੀ ਕੋ ਲੈ ਕੇ, ਅਰਵਿੰਦ ਕੇਜਰੀਵਾਲ ਜੀ ਕੋ ਲੈ ਕੇ ਇੱਕ ਬਹੁਤ ਬੜੀ ਉਮੀਦ ਹੈ। ਲੋਕ ਇਹ ਕਹਿ ਰਹੇ ਕਿ ਸਾਹਿਬ ਹਮਨੇ ਢਾਈ ਸਾਲ ਪਹਿਲੇ ਕੈਪਟਨ ਸਾਹਿਬ ਪੇ ਭਰੋਸਾ ਕੀਆ, ਲੇਕਿਨ ਕੈਪਟਨ ਸਾਹਿਬ ਨੇ ਝੂਠ ਬੋਲਾ ਹਮਸੇ ਕਿ ਵੋ ਇਹ ਵਾਦੇ, ਜੋ ਵਾਦੇ ਕੀਏ ਉਹਨਾਂ ਨੇ ਕਿ ਇਹ ਪੂਰੇ ਕਰੇਂਗੇ, ਇਹ ਪੂਰਾ ਕਰੇਂਗੇ, ਉਹਨਾਂ ਨੇ ਉਸਮੇ ਸੇ ਇੱਕ ਵੀ ਵਾਦਾ ਪੂਰਾ ਨਹੀਂ ਕੀਆ। ਦੂਸਰੀ ਤਰਫ ਨਰਿੰਦਰ ਮੋਦੀ ਜੀ ਸੇ ਦੁਖੀ ਹੈ, ਉਹਨਾਂ ਨੇ ਦੇਸ਼ ਕਾ ਵਿਆਪਾਰ ਤਬਾਹ ਕਰ ਦਿਆ, ਉਹਨਾਂ ਨੇ ਵਿਆਪਾਰੀਓ ਕਾ ਕਾਮ ਕਰਨਾ ਤਬਾਹ ਕਰ ਦਿਆ, ਉਹਨਾਂ ਨੇ ਮਜ਼ਦੂਰੋਂ ਕੀ ਮਜ਼ਦੂਰੀ ਤਬਾਹ ਕਰ ਦੀ, ਡਿਮੋਨੇਟਾਈਜੇਸ਼ਨ ਜੈਸੀ ਵਿਵਸਥਾਏ ਲਾ ਕੇ, ਉਹਨਾਂ ਨੇ GST ਲਾ ਕੇ ਇੱਕ ਡਿਜ਼ਾਸਟਰ ਕਰ ਦਿਆ। ਉਸਕੇ ਇਲਾਵਾ RBI CBI ਤਮਾਮ ਸੰਵਿਧਾਨਿਕ ਸੰਸਥਾਓ ਕੀ ਹਾਲਤ ਸਭਸੇ ਜ਼ਿਆਦਾ ਨੀਚੇ ਸਤਰ ਪੇ ਪਹੁੰਚਾ ਦੀ। ਸਾਥ ਸਾਥ ਦੇਸ਼ ਕੇ ਸਭਸੇ ਬੜਾ ਜੋ, ਕਿਉਂਕਿ ਦੇਸ਼ ਕੋਈ ਸੰਸਥਾ ਨਹੀਂ ਹੈ, ਦੇਸ਼ ਤੋਂ ਸਮਾਜ ਹੈ, ਸਮਾਜ ਕੋ ਜੋ ਨਰਿੰਦਰ ਮੋਦੀ ਜੀ ਨੇ ਨੁਕਸਾਨ ਪਹੁੰਚਾਇਆ ਉਸਸੇ ਵੀ ਪੰਜਾਬ ਕੇ ਲੋਕ ਬਹੁਤ ਦੁਖੀ ਹੈ। ਤੋ ਨਰਿੰਦਰ ਮੋਦੀ ਜੀ ਕੇ ਕੁਸ਼ਾਸਨ ਸੇ ਉਨਕੇ ਉਸਸੇ ਵੀ ਲੋਕ ਮੁਕਤੀ ਚਾਹਤੇ ਹੈ, ਔਰ ਜੋ ਕੈਪਟਨ ਸਾਹਿਬ ਨੇ ਧੋਖਾ ਦਿਆ ਢਾਈ ਸਾਲ ਪਹਿਲੇ ਉਸਸੇ ਵੀ ਬਦਲਾ ਲੈਣਾ ਚਾਹਤੇ ਹੈ, ਲੋਕ ਵਾਪਸ ਕਹਿ ਰਹੇ ਜੀ ਇਸ ਬਾਰ ਫਿਰ ਸੇ ਹਮ ਝਾੜੂ ਕੋ ਵੋਟ ਕਰੇਂਗੇ, ਇਸ ਬਾਰ ਫਿਰ ਸੇ ਆਮ ਆਦਮੀ ਪਾਰਟੀ ਕੋ ਆਗੇ ਲੈ ਕੇ ਆਏਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਵਿਜ਼ਨ ਪੰਜਾਬ TV ਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਲਾਈਕ ਕਰੋ ਸਾਡਾ Facebook ਪੇਜ ਵੀ।